सिंह ने बड़ी अहम गल दसी है कि प्रसाद तैयार कर रहे थे, देख तैयार कर रहे थे, जिस तो बाद कि वह हमला होया तो उस तरह विच रह गई है, तो बाकी हुण समान सांभना शुरू होए हैं। चार बजे अं सुते हैं बबे तंबू ची, कहते पुलिस वाले आ गए, पुलिस वाले आ गए बबे जी, मुठिया वाहगुरु उधर शस्त्र लै के डांगा मार रहे, साढ़े बंदे एक उत्थे ढा लिया बबा जी, उन्होंने कुटिया बहुत ज्यादा, फिर बबा जी आप का बचाव करके फिर जाके इन्होंने डांग मारी है। मारे निहंग सिंह इस जगह तो अपना जरा समान पैक करते नजर आ रहे हैं, समान सामभते नजर आ रहे हैं, क्योंकि किसी होर जगह से किसी होर थान से जरा पड़ा लाया जाएगा। जल मारे के भाने चो है जो कुछ भी होया, पर किया गलत है, सानू इंसाफ चाहिए। हुण तक यह जड़ा दल पहुंचे होया तो गुरुद्वारा अकाल बंगा साहब से यह प्रशासन वालों कहा गया कि दोवें धिर जड़ियां ने इत्थे नहीं रहणगियां, यह हुण सरकार के कब्जे हेठ है, पुलिस के कब्जे हेठ है, क्योंकि जे दोवां धिरां दा इस तरह का मुकाबला होया लगातार बीते कल तो लैके हुण तक इत्थे इस गुरद्वारा साहब के विच दोवें धिरां विचाले जिहड़ी ਉਹ ਮੁੱਠਭੇੜ ਸੀ, ਜਿਹੜੀ ਲੜਾਈ ਸੀ ਉਹ ਉਸੇ ਤਰ੍ਹਾਂ ਬਰਕਰਾਰ ਰਹੀ ਹੈ। ਬਾਕੀ ਨਿਹੰਗ ਸਿੰਘ ਇੱਥੇ ਮੌਜੂਦ ਨੇ ਜਿਨ੍ਹਾਂ ਨੇ ਸਾਰਾ ਕੁਛ ਦੇਖਿਆ, ਉਹਨਾਂ ਨਾਲ ਅਸੀਂ ਵਾਰ ਵਾਰ ਗੱਲ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਜਿਹੜਾ ਧੱਕਾ ਹੋਇਆ, ਅਸੀਂ ਇਸ ਤਰ੍ਹਾਂ ਆਰਾਮ ਕਰ ਰਹੇ ਸਾਂ ਤਾਂ ਹਮਲਾ ਅਚਾਨਕ ਹੋ ਗਿਆ। ਪੂਰਾ ਮਾਮਲਾ ਨਿਹੰਗ ਸਿੰਘ ਜੀ ਕੀ ਹੈ, ਕਿੰਨੇ ਵਜੇ ਦੇ ਕਰੀਬ ਇਹ ਮਾਮਲਾ ਸਾਹਮਣੇ ਆਇਆ, ਅਸੀਂ ਵਾਰ ਵਾਰ ਇਹ ਸਵਾਲ ਕਰ ਰਹੇ ਹਾਂ ਕਿਉਂਕਿ ਪ੍ਰਸ਼ਾਸਨ ਦਾ ਕਹਿਣਾ ਕਿ ਨਿਹੰਗ ਸਿੰਘਾਂ ਨੇ ਹਮਲਾ ਕੀਤਾ। ਬਾਬਾ ਜੀ 4 ਵਜੇ ਅਸੀਂ ਸੁੱਤੇ ਹਾਂ ਬਾਬੇ ਤੰਬੂ 'ਚ, ਇਹ ਕਹਿੰਦੇ ਪੁਲਿਸ ਵਾਲੇ ਆ ਗਏ, ਪੁਲਿਸ ਵਾਲੇ ਆ ਗਏ ਬਾਬਾ ਜੀ, ਮੁੱਠਿਆਂ ਵਾਹਿਗੁਰੂ ਉੱਧਰ ਸ਼ਸਤਰ ਲੈ ਕੇ ਇਹ ਡਾਂਗਾ ਮਾਰ ਰਹੇ, ਸਾਡੇ ਬੰਦੇ ਇੱਕ ਨੂੰ ਇੱਥੇ ਢਾ ਲਿਆ ਬਾਬਾ ਜੀ, ਉਹਨੂੰ ਕੁੱਟਿਆ ਬਹੁਤ ਜ਼ਿਆਦਾ, ਠੀਕ ਆ, ਫਿਰ ਬਾਬਾ ਜੀ ਆਪ ਦਾ ਬਚਾਅ ਕਰਕੇ ਫਿਰ ਜਾ ਕੇ ਇਹਨਾਂ 'ਤੇ ਡਾਂਗ ਮਾਰੀ ਆ। ਮਹਾਰਾਜ ਇਹਨਾਂ ਨੇ ਬਹੁਤ ਜ਼ਿਆਦਾ ਕੀਤਾ, ਫਿਰ ਬੂਟ ਲੈ ਕੇ ਸਿੱਧਾ ਫਿਰ ਜੋੜੇ ਲੈ ਕੇ ਸਿੱਧਾ ਲੰਗਰ ਜਾਣ ਖੜ੍ਹੇ ਨੇ, ਅਤੇ ਫਿਰ ਕੜਾਹ ਪ੍ਰਸ਼ਾਦੀ ਦੇਗ ਬਾਬਾ ਜੀ ਭੋਗ ਪਾਉਣ ਨੂੰ ਰੱਖੀ, ਕੜਾਹ ਪ੍ਰਸ਼ਾਦੀ ਦੇਗ ਵੀ ਉੱਧਰ ਰਹਿ ਗਈ। ਇਹਨਾਂ ਨੇ ਬਹੁਤ ਜ਼ਿਆਦਾ ਧੱਕ ਕੀਤਾ, ਫਿਰ ਐਂਡ 'ਤੇ ਜਦੋਂ ਇਹਨਾਂ ਨੂੰ ਅਸੀਂ ਪਿਛਾਂਹ ਧੱਕਿਆ ਫਿਰ ਇਹਨਾਂ ਨੇ ਐਂਡ 'ਤੇ ਅੱਕ ਕੇ ਫਾਇਰਿੰਗ ਕੀਤੀ ਹੈ। ਹੁਣ ਸਮਾਨ ਜਿਹੜਾ ਨਿਹੰਗ ਸਿੰਘ ਬੰਨਦੇ ਪਏ ਨੇ, ਸਾਰਾ ਗੁਰੂ ਦਾ ਖਜ਼ਾਨਾ ਜਿਹੜਾ ਗੱਡੀ 'ਚ ਰੱਖਿਆ ਜਾ ਰਿਹਾ। ਬਾਬਾ ਜੀ ਹੁਣ ਕਦੋਂ ਤੋਂ ਤੁਹਾਨੂੰ ਹੁਕਮ ਹੋਇਆ ਕਿ ਸਾਰਾ ਸਮਾਨ ਸਾਂਭਿਆ ਜਾਵੇ ਅਤੇ ਹੁਣ ਇੱਥੇ ਕੋਈ ਨਹੀਂ? ਜਿਵੇਂ ਬਾਬਿਆਂ ਦਾ ਵੀ ਵੱਡੇ ਆਪਣੇ ਜਥੇਦਾਰ ਦਾ ਹੋਇਆ ਨਾ ਹੁਕਮ, ਆਪਾਂ ਤਾਂ ਉਹਨਾਂ ਦੇ ਹੁਕਮ ਦੀ ਤਾਕੀਦ ਕਰੀ ਦੀ, ਅਤੇ ਚਲੋ ਬਾਬਿਆਂ ਦਾ ਹੁਕਮ ਹੋਇਆ ਵੀ ਚਲੋ ਸਮਾਨ ਸਾਰੇ ਚਾਲਾ ਪਾਉਣਾ, ਉਹਦਾ ਨਾਂ ਲੈ ਬੰਨੇ ਲਾਉਣਾ ਉੱਥੇ ਬੜਾ ਅੱਗੇ ਕਿਤੇ ਮਹੱਲਾ ਕੱਢ ਕੇ ਫਿਰ ਜਾਊਂਗੇ। ਦੇਖੋ ਬਾਬੇ ਕਿੱਦਾਂ ਕਹਿੰਦੇ, ਮਹੱਲਾ ਤੇ ਕੱਢ ਕੇ ਜਾਊ, ਖਾਲਸਾ ਦੀ ਪਰੰਪਰਾ ਥੋੜ੍ਹੀ ਛੱਡੂਗਾ ਮਹੱਲੇ ਵਾਲੀ, ਚਲੋ ਇਹੋ ਜਿਹੇ ਕੰਮ ਹੁੰਦੇ ਰਹਿੰਦੇ। ਚਲੋ ਮਹਾਰਾਜ ਦੇ ਭਾਣੇ 'ਚ ਹੋਇਆ ਜੋ ਕੁਛ ਵੀ ਹੋਇਆ, ਪਰ ਕੀਤਾ ਗਲਤ ਹੈ, ਸਾਨੂੰ ਇਨਸਾਫ ਚਾਹੀਦਾ। ਤੁਸੀਂ ਸਾਡੀ ਆਵਾਜ਼ ਸੱਚ ਤਾਂ ਕਿ ਜੇ ਲੋਕਾਂ ਨੂੰ ਵੀ ਇਹੋ ਬੇਨਤੀ ਆ ਵੀ ਝੂਠ ਮਾਕਰ ਨਾ ਲੱਗੋ, ਸੱਚ ਪਛਾਣੋ ਸੱਚ ਕੀ ਆ, ਤੁਸੀਂ ਖੁਦ ਪਛਾਣੋ ਮਹਾਰਾਜ ਦਾ ਪੰਥ ਜਿਹੜਾ ਤੋਰਿਆ ਆ, ਖਾਲਸਾ ਪੰਥ, ਉਹਦੇ ਜਥੇਦਾਰ ਤੁਸੀਂ ਆਪ ਦੇਖੋ, ਪੜਚੋਲ ਕਰੋ, ਹਿਸਟਰੀ ਪੜ੍ਹੋ ਵੀ ਕੌਣ ਰਿਹਾ ਆ ਅਤੇ ਕੌਣ ਜਥੇਦਾਰ ਗੱਦੀ ਕਿਹਨੂੰ ਚੱਲੀ ਆ ਰਹੀ ਆ ਅਤੇ ਵਿੱਚ ਕੌਣ ਝੂਠੇ ਲੋਕ ਵੜ ਗਏ ਆ, ਠੀਕ ਆ। ਇਹਦਾ ਆਪਣਾ ਸਾਰੀ ਸਾਹ ਸੰਗਤ ਨੂੰ ਹੱਥ ਜੋੜ ਕੇ ਬੇਨਤਾ ਫੌਜਾਂ ਦਾ, ਅਤੇ ਬਾਕੀ ਮਹਾਰਾਜ ਦੀ ਕਿਰਪਾ ਨਾਲ ਸਾਰੀਆਂ ਫੌਜਾਂ ਚੜ੍ਹਦੀ ਕਲਾ 'ਚ ਹੁਣ ਜਿੰਨੇ ਵੀ ਸਿੰਘ ਹੈਗੇ ਨੇ, ਅਤੇ ਚਲੋ ਬਾਕੀ ਹੋਲੇ ਮਹੱਲੇ ਤੁਹਾਨੂੰ ਦੱਸਾਂਗੇ ਕਿੱਦਾਂ ਅੱਗੇ ਮਹੱਲੇ ਦਾ ਬਣਦਾ ਵਾ, ਅਤੇ ਬਾਕੀ ਚੜ੍ਹਦੀ ਕਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਇਸ ਜਗ੍ਹਾ ਤੋਂ ਆਪਣਾ ਜਿਹੜਾ ਸਮਾਨ ਪੈਕ ਕਰਦੇ ਨਜ਼ਰ ਆ ਰਹੇ ਹੈ, ਸਮਾਨ ਸਾਂਭਦੇ ਨਜ਼ਰ ਆ ਰਹੇ, ਕਿਉਂਕਿ ਕਿਸੇ ਹੋਰ ਜਗ੍ਹਾ 'ਤੇ ਕਿਸੇ ਹੋਰ ਥਾਂ 'ਤੇ ਜਿਹੜਾ ਪੜਾਅ ਲਾਇਆ ਜਾਏਗਾ, ਇੱਥੇ ਪੰਡਾਲ ਲਾਇਆ ਜਾਏਗਾ ਆਪਣਾ, ਕਿਉਂਕਿ ਇਸ ਜਗ੍ਹਾ ਦੇ ਉੱਤੇ ਹੁਣ ਜਿਹੜੀ ਨਿਹੰਗ ਸਿੰਘਾਂ ਨਾਲ ਰਾਬਤਾ ਹੋਇਆ, ਕਿਉਂਕਿ ਨਿਹੰਗ ਸਿੰਘਾਂ ਦੇ ਮੁਖੀ ਨੇ ਆਪਣੇ ਸਿੰਘਾਂ ਨੂੰ ਕਿਹਾ ਕਿ ਜਿਹੜਾ ਸਾਰਾ ਸਮਾਨ ਹੈ ਉਹ ਸਾਂਭਿਆ ਜਾਵੇ ਅਤੇ ਕਿਤੇ ਹੋਰ ਪੜਾਅ ਲਾਵਾਂਗੇ ਕਿਉਂਕਿ ਮਹੱਲਾ ਹੋਏਗਾ। ਸਰ ਕਿੰਨੇ ਕੁ ਜ਼ਖਮੀ ਹੋਏ ਸੀਗੇ, ਕਿਹਨਾਂ ਦਾ ਇਲਾਜ ਕਰਕੇ? ਸਰ ਤਿੰਨ ਬਾਬਾ ਜੀ ਸੀਗੇ, ਇਹਨਾਂ ਦੇ ਇੱਕ ਦੇ ਸਿਰ ਵਿੱਚ ਲੱਗੀ ਹੋਈ ਸੀ, ਉੱਥੇ ਉਹਨਾਂ ਦੇ ਤਿੰਨ ਸਟਿਚਿੰਗ ਹੋਏ ਨੇ, ਔਰ ਇੱਕ ਦੇ ਆਈਬ੍ਰੋ 'ਤੇ ਸੀ ਲੈਫਟ, ਉਹਨਾਂ ਦੇ ਵੀ ਤਿੰਨ ਸਟਿਚਿੰਗ ਹੋਏ ਨੇ, ਇੱਕ ਦੇ ਆਮ 'ਤੇ ਸੀਗਾ। ਇਹ ਇੱਟਾਂ ਕਰਕੇ ਹੋਇਆ ਜਾਂ ਕਿਵੇਂ ਕੋਈ ਵਾਰ? ਸਰ ਇਹ ਦੇਖੋ ਜੀ, ਇਹਨਾਂ ਦੇ ਬਾਬਾ ਜੀ ਦੇ ਕਹਿਣ ਮੁਤਾਬਕ ਤਾਂ ਜਦੋਂ ਸਵੇਰੇ ਇਹਨਾਂ ਦੇ ਵਾਰਦਾਤ ਹੋਈ ਆ, ਇੱਟਾਂ ਲੱਗੀਆਂ ਹੋਈਆਂ ਨੇ ਇਹਨਾਂ ਦੇ, ਬਾਕੀ ਆਪਾਂ ਇਲਾਜ ਕਰ ਦਿੱਤਾ ਵਾ ਇਹਨਾਂ ਦਾ ਜਿੱਦਾਂ ਵੀ ਸੀਗਾ। ਕਿੰਨੇ ਸਿੰਘ ਹੁਣ ਤੁਸੀਂ ਕਰਕੇ ਆਏ? 3-4 ਸਿੰਘ? ਹਾਂਜੀ 3 ਸੀਗੇ ਜੀ। ਸੋ ਡਾਕਟਰ ਦੀ ਟੀਮ ਜਿਹੜੀ ਹੈ ਮੁੱਢਲੀ ਸਹਾਇਤਾ ਦੇ ਕੇ ਆਈ ਹੈ, ਕਿਉਂਕਿ ਟਾਂਕੇ ਲੱਗਣ ਵਾਲੇ ਸੀਗੇ, ਜਿਸ ਤਰ੍ਹਾਂ ਹਮਲਾ ਹੋਇਆ ਤਾਂ ਨਿਹੰਗ ਸਿੰਘ ਉਸੇ ਤਰ੍ਹਾਂ ਤੁਰੇ ਫਿਰਦੇ ਨਜ਼ਰ ਆਏ ਨੇ, ਔਰ ਨਿਹੰਗ ਸਿੰਘਾਂ ਨੇ ਬੜੀ ਅਹਿਮ ਗੱਲ ਦੱਸੀ ਹੈ ਕਿ ਪ੍ਰਸ਼ਾਦ ਤਿਆਰ ਕਰ ਰਹੇ ਸੀ, ਦੇਗ ਤਿਆਰ ਕਰ ਰਹੇ ਸੀ, ਜਿਸ ਤੋਂ ਬਾਅਦ ਕਿ ਉਹ ਹਮਲਾ ਹੋਇਆ ਤਾਂ ਉਸੇ ਤਰ੍ਹਾਂ ਵਿੱਚ ਰਹਿ ਗਈ ਹੈ, ਅਤੇ ਬਾਕੀ ਹੁਣ ਸਮਾਨ ਸਾਂਭਣਾ ਸ਼ੁਰੂ ਹੋਏ ਹਾਂ ਕਿਉਂਕਿ ਪੜਾਅ ਕਿਤੇ ਹੋਰ ਲਾਵਾਂਗੇ, ਕਿਉਂਕਿ ਬਾਬਿਆਂ ਦਾ ਹੁਕਮ ਆਇਆ। ਹੁਣ ਤੱਕ ਪ੍ਰਸ਼ਾਸਨ ਦੇ ਨਾਲ ਜਿਹੜੀ ਗੱਲਬਾਤ ਹੈ ਉਹ ਚੱਲ ਰਹੀ ਹੈ। ਨਿਹੰਗ ਸਿੰਘ ਮੁਖੀ ਬਾਬਾ ਮਾਨ ਸਿੰਘ ਹੋਰੀ ਪੁਲਿਸ ਪ੍ਰਸ਼ਾਸਨ ਨਾਲ ਗੱਲ ਕਰ ਰਹੇ ਨੇ ਤਾਂ ਜੋ ਕਿਸੇ ਮੌਕੇ ਦਾ ਹੱਲ ਨਿਕਲ ਸਕੇ। ਜੋ ਕਾਇਦੇ ਅਨੁਸਾਰ ਐਕਸ਼ਨ ਬਣਦਾ ਹੋਏਗਾ ਉਹ ਹੋਏਗਾ, ਜਿਹੜਾ ਪਹਿਲਾਂ ਪਰਚਾ ਹੋਇਆ ਉਹਦਾ ਵੀ ਕਾਇਦੇ ਅਨੁਸਾਰ ਜੋ ਕਾਰਵਾਈ ਹੋ ਰਹੀ ਉਹ ਕਾਇਦੇ ਅਨੁਸਾਰ ਹੋਏਗੀ। ਕਿਸੇ ਨਾ ਕੋਈ ਹੱਕ ਸੱਚ ਨਿਆਂ 'ਤੇ ਪੁਲਿਸ ਕਾਰਵਾਈ ਕਰੇਗੀ। ਡੀਸੀ ਸਾਹਿਬ ਦਾ ਜਿਹੜਾ ਹੁਕਮ ਹੈ 145 ਦਾ, ਉਹਨੂੰ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਲਾਗੂ ਕੀਤਾ ਜਾ ਰਿਹਾ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਸੁਰਜ ਦੇ ਮਾਹੌਲ ਦੇ ਵਿੱਚ
लॉ एंड ऑर्डर मेनटेन रहे और किसी न यह भी ना होए कि किसी ना कोई धक्का होया जिन्हें भी कोई वधीकी की है वह फेस करेगा। मेरे को जो अजे तक इतलाह है कि साडा एक मुलाजम ओदी डैथ हुई है, चार मुलाजम जख्मी। बई जदों इत्थे गार्द लगेगी, जदों डिप्टी कमिश्नर साहब मेरे कोल खड़े ने, 145 दी कलंदरा इन्होंने लागू करना है, मेरे वालों गार्द दी जानी है पुलिस टीम वालों, वह पुलिस गार्द आएगी। बाबा जी बैठे ने जड़े हैड ने इस ऑर्गेनाइजेशन दे जड़े हुण अंदर आए सीगे, इन्हां दा भी बहुत सुचजी सोच करके ये फैसला सिरे लगे आ, ठीक है। और गुरु मर्यादा अनुसार जड़ा श्री गुरु ग्रंथ साहिब जी का अखंड पाठ रखिया वह मर्यादा अनुसार डीसी साहब की टीम लग के पूरा करेगी, वो जे किसी का सहयोग की जरूरत होएगी वह सहयोग लिया जाएगा। जड़ियां तुसीं गल्लां कर रहे हो, साडा पुलिस मुलाजम गोली ना वज्जिया, वह पुलिस की गोली ना नहीं मरिया, ठीक है। वो जड़ा परचा दर्ज है जड़ा जो कुछ गोली जड़ी गोली ना मरिया जो कायदे अनुसार कार्रवाई बनती है FIR के मुताबिक वह कार्रवाई होएगी। जे साडे मुलाजम वालों कोई गल सामने आएगी तफतीश के दौरान DIG साहब खड़े ने जलंधर रेंज, वो भी इस गल देखेंगे, तफतीशी टीम भी बनेगी। दो वैपन जड़े हथियार वाले यूज होए सी, लाइसेंस वैपन, वो पुलिस ने रिकवर कर लेने।